किसान वीरो सत श्री अकाल। हुण आपां कणक नूं दूजा पानी लाई जांदे आ, या लगभग सारे जिमीदार ही दूजा पानी लाई जांदे आ कणक नूं, ते किसे दी तीजे दी तैयारी है या किसे ने पहला लाता, उह आपो आप दे दिणां दे हिसाब नाल लाई जांदे हैना। ते अपना सारिआं दा जोर हैगा वी आपां यूरिया पूरी कर दईए कणक ते, या कोई ताकत वाली स्प्रे किसे ने करनी उह बहुत घट करदे, करनी चाहीदी है। ते अपनी जदों लास्ट दे विच फरवरी लास्ट दे विच अपने एक दिक्कत आउंदी है कणक दे विच, 58-51 कणक दे विच ज़्यादे आउंदी है जिहड़ा हल्दी रोग आउंदा है, उह लगभग 80% तां वी झाड़ मरे देखे आ मैं, 80% वी झाड़ मर जांदा उहदे नाल हल्दी रोग नाल, ते उह पत्ते जिहड़े सारे हल्दी वर्गे जे हो जांदे आ, या उत्ते पाउडर जिहा इक जम जांदा उहनूं जे हत्थ नाल पट्टीए आपां उह हल्दी रोग कहिंदे आ उहनूं, हल्दी जी अपने हत्थ नूं लग जांदी है। ਤਾਂ ਉਹਦੇ ਬਾਰੇ ਹੁਣੇ ਤੋਂ ਆਪਾਂ ਕੀ ਟਰੀਟਮੈਂਟ ਕਰ ਸਕਦੇ ਹਾਂ ਇਹਦੇ ਬਾਰੇ ਅੱਜ ਗੱਲ ਕਰਦੇ ਹਾਂ। ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਜਾਂ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਬਾਈ ਬਣ ਕੇ ਨਾ ਸਬਸਕ੍ਰਾਈਬ ਕਰ ਲਿਓ, ਅਤੇ ਵੀਡੀਓ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਅਤੇ ਵੀਡੀਓ ਪੂਰੀ ਦੇਖਿਓ। ਹੁਣ ਹੁੰਦਾ ਕੀ ਹੈ ਵੀ ਆਪਾਂ ਫੰਗਸ ਵਾਲੀ ਸਪਰੇਅ ਕਰਦੇ ਹਾਂ, ਜਦੋਂ ਫੰਗਸ ਆ ਜਾਂਦੀ ਹੈ ਤਾਂ ਉਦੋਂ ਉਹਦਾ ਜਦੋਂ ਹਲਦੀ ਆਪਾਂ ਨੂੰ ਦਿਖ ਗਈ ਆਪਣੇ ਵਾਹਣ ਦੇ ਵਿੱਚ ਦੋਗੀਆਂ ਦੇ ਵਿੱਚ, ਤਾਂ ਉਦੋਂ ਉਹਦਾ ਕੋਈ ਤੁੱਕ ਵਾਲੀ ਗੱਲ ਹੈ ਨਹੀਂ ਗੀ ਉਦੋਂ ਸਪਰੇਅ ਕਰਨ ਵਾਲੀ। ਉਦੋਂ ਮਸ਼ੱਕਦੇ ਆਪਾਂ 1,000 ਰੁਪਏ ਵਾਲੀ ਸਪਰੇਅ ਕਰ ਦਈਏ ਉਹ ਵੀ ਨਹੀਂ ਅਸਰ ਕਰਦੀ, ਜੇ ਆਪਾਂ ਐਨ ਮੌਕੇ 'ਤੇ ਸਪਰੇਅ ਕਰੀਏ ਜਿਵੇਂ ਹੁਣ ਆਪਣੀ ਕਣਕ ਗੋਭੇ ਦੇ ਵਿੱਚ ਜਦੋਂ ਆ ਗਈ ਉਦੋਂ ਆਪਾਂ ਸਪਰੇਅ ਕਰੀਏ, ਖਾਸ ਕਰਕੇ 58-51 ਕਣਕ ਦੇ ਵਿੱਚ ਬਾਈ ਇਹ ਬਹੁਤ ਦਿੱਕਤ ਆਉਂਦੀ ਹੈ, ਉਹਦਾ 2 ਸਪਰੇਆਂ ਕਰੋ ਹੀ ਕਰੋ, ਵੀ ਗੋਭੇ 'ਚ ਆ ਗਈ ਕਣਕ ਉਦੋਂ ਕਰ ਦਿਓ, 10 ਦਿਨਾਂ ਬਾਅਦ 'ਚ ਕਰ ਦਿਓ, ਤਾਂ ਜੇ 2 ਸਪਰੇਆਂ ਆਪਾਂ ਕਰਤੀਆਂ ਤਾਂ ਆਪਣੀ ਕਣਕ ਦੇ ਝਾੜ 'ਤੇ ਨਹੀਂ ਫਰਕ ਪੈਂਦਾ ਗਾ। ਨਹੀਂ ਤਾਂ ਜੇ ਮੌਸਮ ਦੇ ਹਿਸਾਬ ਨਾਲ ਜੇ ਉੱਲੀ ਰੋਗ ਉਹ ਆਇਆ ਆਪਣੇ ਏਰੀਏ ਦੇ ਵਿੱਚ ਤਾਂ ਆਪਣੀ ਕਣਕ ਬਹੁਤ ਘੱਟ ਹੋਊਗੀ, ਉਹਦਾ ਝਾੜ ਮਰੂਗਾ ਬਈ। ਤਾਂ ਕਰਕੇ ਆਪਾਂ ਨੂੰ ਬਹੁਤ ਖਿਆਲ ਰੱਖਣਾ ਚਾਹੀਦਾ, ਜਿਵੇਂ ਹੁਣ ਵੀ ਲਗਭਗ 65-70 ਦਿਨਾਂ ਦੀ ਜੇ ਕਣਕ ਹੋਊਗੀ ਆਪਣੀ ਤਾਂ ਆਪਾਂ ਉਹ 'ਤੇ ਕਰਨਾ ਕੀ ਹੈ। ਪਹਿਲੀ ਗੱਲ ਮੇਰੀ ਜੇ ਮੰਨੋ ਤਾਂ ਆਪਾਂ ਕਰਨਾ ਉਹ 'ਤੇ ਸੂਡੋਮਨਾਸ ਦੀ ਸਪਰੇਅ। ਸੂਡੋਮਨਾਸ ਅਲੱਗ ਅਲੱਗ ਕੰਪਨੀਆਂ ਦਾ ਆਉਂਦਾ, ਇੱਕ ਬਾਇਓ ਫੰਗੀਸਾਈਡ ਹੈ ਜਿਵੇਂ ਟੀ ਸਟੈਂਡ ਕੰਪਨੀ ਦਾ ਬਾਇਓਕੇਅਰ ਬੀ ਦੇ ਨਾਂ ਤੋਂ ਆਉਂਦਾ, ਇਹਨੂੰ 1 ਲੀਟਰ 1 ਬੀਘੇ ਦਾ ਆਪਾਂ ਕਰ ਦਾਂਗੇ, ਖਰਚਾ ਵੀ 350-350 ਰੁਪਏ ਪਊਗਾ ਅਤੇ ਉਹਦਾ ਰਿਜ਼ਲਟ ਬਹੁਤ ਵਧੀਆ ਰਹੂਗਾ। ਜੇ ਇਹਦੀਆਂ 2 ਸਪਰੇਆਂ ਆਪਾਂ ਕਰ ਦਈਏ ਖਰਚਾ ਆਪਣਾ ਪਊਗਾ 600-700 ਰੁਪਇਆ, ਅਤੇ 2 ਸਪਰੇਆਂ ਦਾ ਅਤੇ ਰਿਜ਼ਲਟ ਪੂਰਾ ਬਾਈ 100% ਹੈ ਇਹਦਾ। ਐਂ ਹੈ ਨਹੀਂ ਗਾ ਵੀ ਇਹ ਸਪਰੇਆਂ ਕੀਤੀਆਂ ਹੋਈਆਂ ਆਪਣੀਆਂ ਅਤੇ ਆਪਣੀ ਕਣਕ ਦੇ ਵਿੱਚ ਹਲਦੀ ਰੋਗ ਆ ਗਿਆ, ਜੇ ਆਊ ਤਾਂ ਬਹੁਤ ਘੱਟ ਆਊਗਾ। ਤਾਂ ਕਰਕੇ ਜੇ ਤੁਸੀਂ ਨਹੀਂ ਬਾਇਓ ਪ੍ਰੋਡਕਟ ਦੇ ਵਿੱਚ ਨਹੀਂ ਤੁਹਾਡਾ ਵਿਸ਼ਵਾਸ ਗਾ ਫਿਰ ਵਧੀਆ ਸਪਰੇਅ ਕਰੋ। ਐਂ ਹੈ ਨਹੀਂ ਵੀ ਫੰਗੀਸਾਈਡ ਆਪਾਂ ਟਿਲਟ ਕਰਦੇ ਹਾਂ, ਜੇ ਇਹ ਵਾਰੀ ਟਿਲਟ ਕਰ ਦਾਂਗੇ, ਸਸਤੀ ਸਪਰੇਅ ਆਪਾਂ ਨਹੀਂ ਕਰਨੀ ਗੀ, ਜਾਂ ਇਕੱਲੀ M45 ਨਾਲ ਕੰਮ ਚੱਲਦਾ ਉਹ ਨਹੀਂ ਚੱਲਦਾ ਗਾ ਅੱਜ ਕੱਲ੍ਹ, ਕਿਉਂਕਿ ਬਈ ਰੇਟ ਬਹੁਤ ਆ ਕਣਕ ਦੇ, ਨਰਮਾ ਆਪਣੇ ਹੋਇਆ ਨਹੀਂ ਗਾ, ਕਣਕ ਹੀ ਹੈਗੀ ਹੈ ਜਿਹੜੀ ਜ਼ਿਮੀਂਦਾਰ ਦਾ ਪੱਲਾ ਪੂਰਾ ਕਰੂਗੀ। ਤਾਂ ਕਰਕੇ ਵਧੀਆ ਸਪਰੇਅ ਕਰੋ, ਵਧੀਆ ਟੈਕਨੀਕਲ ਆਏ ਹੋਏ ਹੈ ਕੋਈ 500-700 ਰੁਪਏ ਬੀਘੇ ਦੇ ਖਰਚੇ ਵਾਲੇ, ਜਿਹੜੇ ਝੋਨੇ ਦੇ ਵਿੱਚ ਆਪਾਂ ਫੰਗੀਸਾਈਡ ਕਰਦੇ ਹਾਂ ਉਹ ਫੰਗੀਸਾਈਡ ਜੇ ਆਪਾਂ ਇਹਦੇ ਵਿੱਚ ਵੀ ਕਰਦੇ ਹਾਂ ਜਿਵੇਂ MA Startop ਜਾਂ ਫਿਰ ਨਟੀਵੋ, ਇਸ ਟਾਈਪ ਦੀਆਂ ਸਪਰੇਆਂ ਜਿਹੜੀਆਂ ਹੈਗੀਆਂ ਉਹ ਕਰਾਂਗੇ ਤਾਂ ਉਹਨਾਂ ਦੇ ਰਿਜ਼ਲਟ ਬਹੁਤ ਵਧੀਆ ਦੇਖੇ ਗਏ ਪਿਛਲੇ ਸਾਲਾਂ ਦੇ ਵਿੱਚ, ਜਿਨ੍ਹਾਂ ਨੇ ਉਹ 1-1 ਸਪਰੇਅ ਵੀ ਕਰਤੀ ਨਾ ਮੌਕੇ 'ਤੇ, ਵੀ ਐਂ ਹੈ ਨਹੀਂ ਆਪਣੀ ਫਸਲ ਦੇ ਵਿੱਚ ਜਦੋਂ ਰੋਗ ਆ ਗਿਆ ਉਦੋਂ ਬਾਅਦ 'ਚ ਆਪਾਂ ਸਪਰੇਅ ਢੋਲਕੀ ਚੱਕੀ ਫਿਰਦੇ ਹਾਂ ਤਾਂ ਉਹਦਾ ਕੋਈ ਤੁੱਕ ਵਾਲੀ ਗੱਲ ਹੈ ਨਹੀਂ ਗੀ। ਅਤੇ ਜੇ ਆਪਾਂ ਮੌਕੇ 'ਤੇ ਗੋਭ ਤੋਂ ਪਹਿਲਾਂ ਜਾਂ ਗੋਭ ਭਰਨ ਲੱਗਦੀ ਹੈ ਉਦੋਂ ਸਪਰੇਅ ਕਰਾਂਗੇ ਤਾਂ ਉਹਦਾ ਰਿਜ਼ਲਟ ਬਈ ਵਧੀਆ ਆਊਗਾ, ਸਿਸਟਮਿਕ ਵਧੀਆ ਸਪਰੇਅ ਕਰੀਏ ਆਪਾਂ। ਅਤੇ ਬਾਕੀ ਜੇ ਮੈਂ ਦੱਸੀ ਹੈ ਜਿਹੜੀ ਬਾਇਓਕੇਅਰ ਬੀ ਜਾਂ ਫਿਰ ਸੂਡੋਮਨਾਸ, ਜੇ ਇਹਦੀ ਸਪਰੇਅ ਕਰਦੇ ਹਾਂ ਤਾਂ ਇਹਦੇ ਟੋਪ ਦੇ ਰਿਜ਼ਲਟ ਹੈ ਇਹਦੇ ਤੋਂ ਮੰਨ ਸਕਦੇ ਆਪਾਂ। ਇੱਕ ਤਾਂ ਇਹ ਹੈਗੀ ਆ ਬਾਇਓ ਪ੍ਰੋਡਕਟ ਹੈ, ਵੀ ਸਿੰਥੈਟਿਕ ਹੈ ਨਹੀਂ ਗਾ, ਇਹਦਾ ਕੋਈ ਸਾਈਡ ਇਫੈਕਟ ਹੈ ਨਹੀਂ ਗਾ, ਕੋਈ ਇਹਦਾ ਜ਼ਹਿਰ ਨਹੀਂ ਜਾਂਦਾ ਦਾਣੇ ਦੇ ਵਿੱਚ, ਅਤੇ ਕੋਈ ਖਾਣ ਵਾਲੇ ਨੂੰ ਕੋਈ ਦਿੱਕਤ ਨਹੀਂ ਹੁੰਦੀ, ਅਤੇ ਪਲੱਸ ਇਹਦਾ ਖਰਚਾ ਬਾਈ ਘੱਟ ਪੈਂਦਾ ਅਤੇ ਰਿਜ਼ਲਟ ਇਹਦੇ ਵਧੀਆ ਮਿਲਦੇ ਆ। ਵੀ ਦੂਜੀ ਸਪਰੇਅ ਦਾ ਰਿਜ਼ਲਟ ਮਿਲੇ ਨਾ ਮਿਲੇ ਇਹਦਾ ਪੱਕਾ ਵੀ ਰਿਜ਼ਲਟ ਮਿਲੂਗਾ ਹੀ ਮਿਲੂਗਾ। ਤਾਂ ਜੇ ਇਹ ਫੰਗਸ ਤੋਂ ਆਪਾਂ ਬਚਾ ਲਈ ਆਪਣੀ ਕਣਕ ਨੂੰ, ਕਿਉਂਕਿ ਆਪਾਂ ਨਾ ਫੰਗਸ ਵਾਲੀ ਸਪਰੇਅ ਵੀ ਲਾਸਟ 'ਚ ਕਰਦੇ ਹਾਂ, ਇੱਕ ਤੇਲੇ ਵਾਲੀ ਸਪਰੇਅ 'ਤੇ ਪੂਰਾ ਜ਼ੋਰ ਦਿੰਦੇ ਹਾਂ, ਕੋਈ ਸੁੰਡੀ ਵਾਲੀ ਕਰਦਾ ਉਦੋਂ ਜੇ ਸੁੰਡੀ ਪੈ ਗਈ, ਤੇਲਾ ਸੁੰਡੀ ਬਾਈ ਕਣਕ ਨੂੰ ਕੁਛ ਨਹੀਂ ਕਰਦਾ ਗਾ, ਅਸੀਂ ਨਹੀਂ ਕਦੇ ਤੇਲੇ ਵਾਲੀ ਸਪਰੇਅ ਕੀਤੀ। ਚਲੋ ਤੁਹਾਨੂੰ ਲੱਗਦਾ ਤਾਂ ਤੇਲਾ, ਜੇ ਤੇਲੇ ਵਾਲੀ ਸਪਰੇਅ ਆਪਾਂ ਕਰਨੀ ਵੀ ਹੈ ਵੀ ਆਪਣੀ ਕਣਕ 'ਤੇ ਤੇਲਾ ਪੈਂਦਾ ਹੁੰਦਾ ਤਾਂ ਆਪਾਂ ਕਣਕ ਦੇ ਬਾਹਰ ਬਾਰਡਰ ਕੱਢ ਸਕਦੇ ਹਾਂ, ਕਿਉਂਕਿ ਆਪਣੇ ਖੇਤ ਦੇ ਬਾਹਰਲੇ ਪਾਸੋਂ ਤੇਲਾ ਸ਼ੁਰੂ ਹੁੰਦਾ ਅਤੇ ਅੰਦਰਲੀ ਸਾਈਡ ਜਾਂਦਾ, ਜਦੋਂ ਸਟਾਰਟਿੰਗ ਜੀ ਲੱਗੀ ਆਪਾਂ ਨੂੰ
तो बाहरले पासे आप एक स्प्रे कर देंगे वो भी सकती वधिया ऊ लला ही कर दी है आप या कटारा कर दोगे तो भी नहीं फर्क पैंता जो बॉर्डर बॉर्डर कढ़ देंगे ढोलकी नाल एक गेड़ा तो नाले तो अपनी स्प्रे बहुत घट लगेगी दो तीन ढोलकियां अपना सारा खेत हो जूगा तो नाले अपना खर्चा नहीं लगना तो नाले अपने तेले तेले का अटैक नहीं होना गा कणक दे विच तां ठीक है किसान वीरो जे जानकारी चंगी लगी होवे तां कमेंट करके दस्यो भी तुसी केड़ी स्प्रे करदे हो ते इहनू शेयर भी कर दिओ ते वीडियो पूरी देखण वास्ते धन्नवाद मेहरबानी चैनल नाल जुड़े रहो।